ਕਿ ਮਿਲਾਦ ਕੌਣ ਮਨਾਉਂਦਾ ਅਤੇ ਮਿਲਾਦ ਦਾ ਮੁਨਕਰ ਕੌਣ ਹੈ, ਹਜ਼ੂਰ ਦੇ ਆਉਣ 'ਤੇ ਖੁਸ਼ ਕੌਣ ਹੈ ਅਤੇ ਹਜ਼ੂਰ ਦੇ ਆਉਣ 'ਤੇ ਨਾਰਾਜ਼ ਕੌਣ ਹੈ? ਤਵੱਜੋ ਕਰਿਆ ਜੇ ਬਾਬਾ ਜੀ, ਮਿਲਾਦੁਨਨਬੀ ਸੱਲੱਲਾਹੋ ਅਲੈਹ ਵਸੱਲਮ, ਤਵੱਜੋ ਕਰਿਓ। ਮਿਲਾਦੁਨਨਬੀ ਕਿਹਨੂੰ ਕਿਹਾ ਜਾਂਦਾ ਹੈ? ਨਬੀ ਪਾਕ ਦੀ ਵਿਲਾਦਤ ਨੂੰ ਮਨਾਉਣਾ, ਨਬੀ ਪਾਕ ਦੇ ਦੁਨੀਆ 'ਤੇ ਆਉਣ ਨੂੰ ਮਨਾਉਣਾ। ਮੈਨੂੰ ਇੱਕ ਬੰਦਾ ਕਹਿਣ ਲੱਗਾ, ਕਹਿੰਦਾ ਜੀ ਸੁਲਤਾਨੀ ਸਾਹਿਬ ਮਿਲਾਦ ਦਾ ਚੰਨ ਚੜ੍ਹ ਗਿਆ। ਮੈਂ ਕਿਹਾ ਜੀ ਅਲਹਮਦੁਲਿਲਾ ਚੜ੍ਹ ਗਿਆ। ਅੱਛਾ, ਅਤੇ ਤੁਸੀਂ ਫਿਰ ਹੁਣ ਮਿਲਾਦ ਮਨਾਉਣਾ? ਮੈਂ ਕਿਹਾ ਅਲਹਮਦੁਲਿਲਾ ਮਨਾਉਣਾ। ਕਹਿਣ ਲੱਗਾ ਇਹ ਤਾਂ ਸ਼ਿਰਕ ਹੈ, ਇਹ ਤਾਂ ਬਿਦਤ ਹੈ। ਮੈਂ ਕਿਹਾ ਉਹ ਕਿਉਂ? ਕਹਿੰਦਾ ਨਬੀ ਪਾਕ ਨੇ ਨਹੀਂ, ਪਿਛਲੇ ਜੁਮੇ ਅਸੀਂ ਤਫਸੀਲਨ ਇਹ ਮਸਲੇ ਬਿਆਨ ਕਰ ਛੜੇ ਸਨ, ਮਿਲਾਦ ਮਨਾਉਣਾ ਚਾਹੀਦਾ ਜਾਂ ਨਹੀਂ ਦਲਾਇਲ ਦੇ ਨਾਲ। ਸਿਰਫ ਇੱਕ ਨੁਕਤਾ ਅੱਜ ਤੁਹਾਨੂੰ ਦੇਣਾ ਚਾਹੁੰਦਾ। ਕਹਿੰਦਾ ਜੀ ਵੇਖੋ ਜੀ, ਤੁਸੀਂ ਮਿਲਾਦ ਮਨਾਉਂਦੇ ਹੋ, ਬਰੇਲਵੀ ਤੁਸੀਂ ਮੁਸ਼ਰਕ ਹੋ, ਸ਼ਿਰਕ ਕਰਦੇ ਹੋ। ਮੈਂ ਕਿਹਾ ਮੌਲਵੀ ਜੀ ਮੈਨੂੰ ਇੱਕ ਵਾਰੀ ਇਮਾਨਦਾਰੀ ਨਾਲ ਦੱਸੋ, ਅਸੀਂ ਮਿਲਾਦ ਮਨਾ ਕੇ ਸ਼ਿਰਕ ਨਹੀਂ ਕਰਦੇ, ਅਸੀਂ ਮਿਲਾਦ ਮਨਾ ਕੇ ਸ਼ਿਰਕ ਨੂੰ ਦੂਰ ਕਰਦੇ ਹਾਂ। ਕੀ ਕਰਦੇ ਹਾਂ? ਸ਼ਿਰਕ ਨੂੰ ਕੀ ਕਰਦੇ ਹਾਂ? ਸ਼ਿਰਕ ਨੂੰ ਦੂਰ ਕਰਦੇ ਹਾਂ। ਐਦਾਂ ਤਵੱਜੋ ਫਰਮਾਇਆ ਜਦੋਂ ਇੰਨੀ ਗੱਲ ਕੀਤੀ ਨਾ, ਮੈਨੂੰ ਕਹਿਣ ਲੱਗਾ ਜੀ ਉਹ ਕਿਵੇਂ ਸ਼ਿਰਕ ਦੂਰ ਕਰਦੇ ਹੋ? ਮੈਂ ਕਿਹਾ ਅਸੀਂ ਮਿਲਾਦ ਮਨਾ ਕੇ ਖਾਲਸ ਤੋਹੀਦ ਦਾ ਐਲਾਨ ਕਰਦੇ ਹਾਂ ਕਿ ਅੱਲਾ ਇੱਕ ਹੈ। ਆਂਦਾ ਉਹ ਕਿਵੇਂ? ਮੈਂ ਕਿਹਾ ਮੈਨੂੰ ਕੁਰਾਨ ਲੈ ਕੇ ਆ। ਕੁਰਾਨ ਲੈ ਕੇ ਆਇਆ, ਮੈਂ ਕਿਹਾ ਸੂਰਤ ਇਖਲਾਸ ਕੋਲ ਤਰੀਆਂ ਸਪਾਰੇ ਦੀ ਆਖਰੀ ਸੂਰਤਾਂ ਵਿੱਚੋਂ, ਕੁਲ ਹੋ ਅੱਲਾ ਹੋ ਆਹਦ। ਮੈਂ ਕਿਹਾ ਇੱਥੇ ਜ਼ਰਾ ਕੁਰਾਨ ਪਾਕ ਪੜ੍ਹ। ਕਹਿੰਦਾ ਤੁਸੀਂ ਪੜ੍ਹੋ। ਮੈਂ ਕਿਹਾ ਨਹੀਂ, ਜ਼ਰਾ ਤੂੰ ਪੜ੍ਹ ਅਤੇ ਮੈਂ ਤਰਜਮਾ ਕਰਨਾ ਤੇਰੇ ਨਾਲ। ਤਵੱਜੋ ਕਰਨੀ ਜ਼ਰਾ, ਅਸੀਂ ਸੁੰਨੀ ਮਾਵਾਂ ਦੇ ਪੁੱਤਰ ਹਾਂ, ਸੁੰਨੀ ਪਿਓਵਾਂ ਦੀ ਔਲਾਦ ਹਾਂ ਅਸੀਂ, ਅਤੇ ਅਸੀਂ ਜੰਮਦੇ ਵੀ ਲੱਭੈ ਕਿ ਯਾ ਰਸੂਲ ਅੱਲਾ ਦਾ ਨਾਰਾ ਲਾਇਆ ਸੀ, ਅਤੇ ਅਸੀਂ ਕਬਰ ਵਿੱਚ ਵੀ ਜਾਂਦੇ ਹਾਂ, ਇਹੀ ਕਹਿਣਾ। ਸਾਨੂੰ ਸ਼ੱਕ ਨਹੀਂ ਆਪਣੇ ਅਕੀਦੇ 'ਤੇ ਵੀ ਸਾਡਾ ਪਤਾ ਨਹੀਂ ਉਹ ਸੱਚੇ ਨੇ ਕੋ। ਅਸੀਂ ਕਹਿੰਦੇ ਅਸੀਂ ਹੱਕ 'ਤੇ ਹਾਂ, ਅਸੀਂ ਸੱਚੇ ਹਾਂ। ਕਿਉਂ? ਇਹ ਦਲੀਲ ਸਮਝਿਓ। ਇਹ ਬੱਚੇ ਬੈਠੇ ਨੇ, ਇਹਨਾਂ ਨੂੰ ਵੀ ਕੱਲ੍ਹ ਨੂੰ ਪਤਾ ਲੱਗੇ, ਇਹਨੇ ਵੀ ਜਿਹਨੂੰ ਉਂਗਲੀ ਲਾਇਆ ਅਤੇ ਜਿੱਧਰ ਮਰਜ਼ੀ ਕੋ ਲੈ ਗਿਆ, ਇੱਥੋਂ ਅਕੀਦਾ ਸਿੱਖ ਕੇ ਜਾ, ਇਸਲਾਹ ਕਰਕੇ ਆਪਣੀ ਵੀ ਸਾਰਿਆਂ ਦੀ। ਮੈਂ ਕਿਹਾ ਕੁਲ ਹੋ ਅੱਲਾ ਪੜ੍ਹ ਹਾਂ ਜ਼ਰਾ। ਕਹਿੰਦਾ ਕੁਲ ਹੋ ਅੱਲਾ ਹੋ ਆਹਦ। ਮੈਂ ਕਿਹਾ ਤਰਜਮਾ ਮੈਂ ਕਰਨਾ। ਅੱਲਾ ਫਰਮਾਉਂਦਾ, ਸੋਹਣਿਆ ਮਹਬੂਬਾ ਲੱਭ ਖੋਲ, ਮਿੱਠਾ ਮਿੱਠਾ ਬੋਲ। ਅੱਜ ਮੂੰਹ ਬਣਾ ਕੇ ਕੋਈ ਬੰਦਾ ਨਾ ਬਵੇ, ਕਿਉਂਕਿ ਖੁਸ਼ੀ ਦਾ ਚੰਨ ਚੜਿਆ ਅਤੇ ਫਿਰ ਕਿਹੜਾ ਅਸੀਂ ਖਤਮ 'ਤੇ ਆ ਕੇ ਬੈਠੇ ਹਾਂ ਜੀ? ਅਸੀਂ ਤਾਂ ਮਿਲਾਦ 'ਚ ਬੈਠੇ ਹਾਂ ਅਤੇ ਮਿਲਾਦ ਦਾ ਜ਼ਿਕਰ ਹੋਣਾ। ਅੱਜ ਖੁਸ਼ੀ ਨਾਲ ਮੁਸਕਰਾਉਂਦੇ ਚਿਹਰੇ ਮੁਸਤਫਾ ਆ ਗਏ, ਹੈਂ ਮੁਸਤਫਾ ਆ ਗਏ, ਇਹ ਹੀ ਨਾਰਾ ਅੱਜ ਇਸ ਜੁੰਮੇ ਵਿੱਚ। ਤਵੱਜੋ ਫਰਮਾਇਆ। ਮੈਂ ਕਿਹਾ ਪੜ੍ਹ ਸੂਰਤ। ਕਹਿੰਦਾ ਕੁਲ ਹੁ ਅੱਲਾਹੁ ਅਹਦ। ਮੈਂ ਕਿਹਾ ਅੱਲਾ ਫਰਮਾਉਂਦਾ ਸੋਹਣਿਆ ਐਲਾਨ ਕਰ, ਸੋਹਣਿਆ ਕੀ ਕਰ? ਐਲਾਨ ਕਰ। ਮੈਂ ਕਿਹਾ ਮੌਲਵੀ ਚੱਲਿਆ, ਤੈਨੂੰ ਕਦੀ ਇਹ ਹੀ ਆਇਤ ਸਮਝ ਵਿੱਚ ਆ ਜਾਂਦੀ ਅਤੇ ਤੈਨੂੰ ਮਕਾਮੇ ਮੁਸਤਫਾ ਸਮਝ ਵਿੱਚ ਆ ਜਾਂਦਾ? ਆਂਦਾ ਸੁਲਤਾਨੀ ਉਹ ਕਿਵੇਂ? ਮੈਂ ਕਿਹਾ ਚੱਲਿਆ ਵੇਖ ਰੱਬ ਦੀ ਮਰਜ਼ੀ ਅਤੇ ਰੱਬ ਦੀ ਮਨਸ਼ਾ ਅਤੇ ਰੱਬ ਦੀ ਰਜ਼ਾ ਵੇਖ। ਬਾਬਾ ਜੀ ਤਵੱਜੋ ਫਰਮਾਇਆ ਜੇ, ਅੱਲਾ ਨੇ ਆਪਣੀ ਤੋਹੀਦ ਦਾ ਐਲਾਨ ਕਰਵਾਇਆ ਅਤੇ ਉਹ ਵੀ ਡਾਇਰੈਕਟ ਨਹੀਂ ਕੀਤਾ, ਜ਼ਹਰਾ ਦੇ ਬਾਬੇ ਦੇ ਲੱਭਾਂ 'ਚੋਂ ਕਰਵਾਇਆ ਹੈ ਜੀ। ਮਿਹਰਬਾਨੀ, ਤਵੱਜੋ। ਅੱਲਾ ਨੇ ਤੋਹੀਦ ਦਾ ਐਲਾਨ ਕਰਵਾਇਆ ਅਤੇ ਉਹ ਵੀ ਮੁਸਤਫਾ ਦੇ ਲੱਭਾਂ 'ਚੋਂ ਕਰਵਾਇਆ। ਖੁਦ ਵੀ ਅੱਲਾ ਕਹਿ ਸਕਦਾ ਸੀ ਨਾ, ਯਾ ਯੂਹੰਨਾਸ, ਐ ਲੋਗੋ, ਯਾ ਅਯੂਹੱਲਜ਼ੀਨਾ ਆਮਨੂ, ਐ ਇਮਾਨ ਵਾਲਿਓ, ਅੱਲਾ ਕਹਿ ਸਕਦਾ ਸੀ ਨਾ। ਲੇਕਿਨ ਵੇਖੋ ਤਰਜ਼ੇ ਕੁਰਾਨ, ਵੇਖੋ ਅੱਲਾ ਦੇ ਮੁਸਤਫਾ ਕਰੀਮ ਨਾਲ ਮੁਹੱਬਤ, ਵੇਖੋ ਅੱਲਾ ਐਲਾਨ ਆਪਣਾ ਪਿਆ ਕਰਵਾਉਂਦਾ।
ਤੇ ਲੱਭੇ ਮੁਸਤਫਾ ਵਿੱਚ ਉੱਪਿਆ ਕਰਵਾਉਂਦਾ। ਜਾ ਕੇ ਬਈ ਤੇਰੇ ਦਿਲ ਦੀ ਚਾਸ਼ਨੀ ਨਾ ਵਧੀ ਤੇ ਫਿਰ ਬਾਬਾ ਅਗਲੇ ਜੁੰਮੇ ਭਾਵੇਂ ਆਵੀਂ ਤੇ ਭਾਵੇਂ ਨਾ ਆਵੀਂ, ਤੇਰੀ ਮਰਜ਼ੀ। ਜੁਮਲੇ ਸੁਣੀ, ਅੱਲਾ ਐਲਾਨ ਤੌਹੀਦ ਦਾ ਕਰਵਾ ਰਿਹਾ, ਮੁਸਤਫਾ ਦੇ ਕੋਲੋਂ ਕਰਵਾ ਰਿਹਾ। ਕੁੱਲ ਮਹਬੂਬ ਤੁਸੀਂ ਬੋਲੋ, ਤੁਸੀਂ ਐਲਾਨ ਫਰਮਾਓ, ਤੁਸੀਂ ਇਰਸ਼ਾਦ ਫਰਮਾਓ। ਕਿਹੜਾ ਇਰਸ਼ਾਦ ਹੈ? ਹੂ ਅੱਲਾਹ, ਸੋਹਣਿਆ ਤੁਸੀਂ ਕਹੋ ਉਹ ਅੱਲਾ, ਹੂ ਅੱਲਾ, ਉਹ ਅੱਲਾ ਅਹਦ ਇੱਕ। ਅੱਲਾ ਬੋਲੋ ਸਾਰੇ, ਅੱਲਾ ਇਹ ਤੌਹੀਦ ਨੇ। ਅਸੀਂ ਤੇ ਮਿੰਬਰ ਤੋਂ ਬਹਿ ਗਿਆ, ਵੀਡੀਓ ਬਣਦੀ, ਤਿੰਨ ਕੈਮਰੇ ਲੱਗੇ ਨੇ ਪੂਰੀ ਦੁਨੀਆ ਦੇ, ਸੁਬਾਹ ਵੀਡੀਓ ਜਾਣੀ ਹੈ। ਮੈਂ ਅਲਲ ਐਲਾਨ ਕਹਿ ਰਿਹਾ, ਅਲ ਸੁਨਤ ਦੀ ਮਸਜਿਦ ਵਿੱਚ ਬਹਿ ਕੇ ਕਹਿ ਰਿਹਾ, ਸਾ ਅਹਲ ਸੁਨਤ ਵਿੱਚ ਕੋਈ ਮੁਸ਼ਰਕ ਨਹੀਂ ਹੋ ਸਕਦਾ, ਅਲਹਮਦੁਲਿਲਾ। ਨਾ ਅਸੀਂ ਸ਼ਿਰਕ ਕਰਦੇ ਹਾਂ। ਇਹ ਜਿੰਨੇ ਅਸੀਂ ਬੈਠੇ ਹਾਂ ਨਾ ਜੀ, ਮੈਂ ਤੁਹਾਡਾ ਨੁਮਾਇੰਦਾ ਬਣ ਕੇ ਬੈਠਾ ਮਿੰਬਰ ਦੇ, ਤੁਹਾਡੇ ਸਾਰਿਆਂ ਦੀ ਤਰਫੋਂ ਮੈਂ ਇਹ ਐਲਾਨ ਪਿਆ ਕਰਨਾ, ਅਸੀਂ ਆਨੇ ਹਾਂ ਸਜਦਾ ਅੱਲਾ ਦੀ ਜ਼ਾਤ ਤੋਂ ਇਲਾਵਾ ਕਿਸੇ ਨੂੰ ਜਾਇਜ਼, ਸਜਦਾ ਜਾਇਜ਼ ਨਹੀਂ। ਤੇ ਦੂਸਰਾ ਐਲਾਨ ਇਹ ਮੈਂ ਕਰਨਾ ਪਿਆ ਕਿ ਅੱਲਾ ਇੱਕ, ਅੱਲਾ 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 ਇੱਕ। ਮਹਿਬੂਬ ਨੇ ਐਲਾਨ ਕੀਤਾ ਅੱਲਾ ਇੱਕ। ਮੈਂ ਕਿਹਾ ਅੱਗੇ ਕਹਿੰਦਾ ਅੱਲਾਹੁ ਸਮਦ, ਮੈਂ ਕਿਹਾ ਅੱਗੇ ਕਹਿੰਦਾ ਲਮ ਯਲਿਦ ਵਲਮ ਯੂਲਦ। ਮੈਂ ਕਿਹਾ ਇੱਥੇ ਹੀ ਇੱਕ ਮਿੰਟ ਰੁਕੀ ਤੇ ਮੇਰਾ ਨੁਕਤਾ, ਜੇ ਅੱਲਾ ਤੈਨੂੰ ਹਦਾਇਤ ਦੇਣੀ ਹੋਈ ਤੇ ਤੈਨੂੰ ਸਮਝ ਆ ਜਾਏਗੀ, ਨਹੀਂ ਤੇ ਬੰਦੇ ਬਾਬਾ ਜੀ ਜਿੰਨਾ ਮਰਜ਼ੀ ਵੀ ਤਕਰੀਰਾਂ ਸੁਣੀ, ਜਿਹਨੂੰ ਹਦਾਇਤ ਨਹੀਂ ਆਉਣੀ ਉਹ ਜੁਮਾ ਸੁਣ ਕੇ ਵੀ ਹਦਾਇਤਾਂ ਉਹਨਾਂ ਨਹੀਂ ਆਉਂਦੀਆਂ। ਤਵੱਜੋ ਫਰਮਾਇਆ ਜੇ, ਮੈਂ ਕਿਹਾ ਇੱਥੇ ਰੁਕ। ਮੈਂ ਕਿਹਾ ਮਿਲਾਦੁਨ ਨਬੀ ਦਾ ਮਾਨਾ ਕੀ ਹੈ? ਆਂਦਾ ਨਬੀ ਪਾਕ ਦਾ ਮਿਲਾਦ ਮਨਾਉਣਾ। ਮੈਂ ਕਿਹਾ ਮਿਲਾਦ ਦਾ ਕੀ ਮਤਲਬ ਹੈ? ਆਂਦਾ ਵਿਲਾਦਤ। ਕੀ ਹੈ? ਵਿਲਾਦਤ। ਮੈਂ ਕਿਹਾ ਇਹ ਹੀ ਤੇ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਨਬੀ ਦਾ ਜਨਮ ਦਿਨ ਮਨਾ ਕੇ ਦੱਸਣੇ ਹਾਂ ਕਿ ਨਬੀ ਪੈਦਾ ਹੋਏ ਨੇ, ਨਬੀ ਪੈਦਾ ਬੋਲਿਆ ਜੇ ਜਿਹਨੂੰ ਸਮਝ ਆਵੇ, ਨਬੀ ਪੈਦਾ ਹੋਏ ਨੇ, ਨਬੀ ਪੈਦਾ ਹੋਏ ਨੇ, ਨਬੀ ਪੈਦਾ ਹੋਏ ਨੇ। ਮੈਂ ਕਿਹਾ ਜਾ ਦੁਨੀਆ ਦੇ ਕਿਸੇ ਮੁਫਤੀ ਕਿਸੇ ਮੌਲਵੀ ਕੋਲ ਚਰਾ ਜਾ, ਅਹਲੇ ਸੁਨਤ ਦਾ ਕੀਦਾ ਸੁੱਚਾ ਤੇ ਸੱਚਾ ਕੀਦਾ ਏ, ਅਸੀਂ ਮਿਲਾਦ ਮਨਾ ਕੇ ਦੱਸਨੇ ਆ, ਜਿਹੜਾ ਪੈਦਾ ਹੋਵੇ ਉਹ ਖੁਦਾ ਨਹੀਂ ਆਉਂਦਾ, ਜਿਹੜਾ ਖੁਦਾ ਹੋਵੇ ਉਹ ਪੈਦਾ ਨਹੀਂ ਆਉਂਦਾ। ਇਸ ਤੋਂ ਵੱਡੀ ਤੌਹੀਦ ਕਿਹੜੀ ਹੈ? ਅੱਲਾ ਫਰਮਾਂਦਾ ਲਮ ਯਲਿਦ ਵਲਮ ਯੂਲਦ, ਨਾ ਮੈਨੂੰ ਕਿਸੇ ਜਣਿਆ ਤੇ ਨਾ ਹੀ ਮੈਂ ਕਿਸੇ ਨੂੰ ਜਣਿਆ, ਨਾ ਮੇਰੇ ਵਿੱਚੋਂ ਮੈਂ ਕੋਈ ਤੇ ਨਾ ਮੈਂ। ਹੁਣ ਜਿਹੜਾ ਬੰਦਾ ਥੋੜੀ ਵੀ ਅਕਲ ਸ਼ਾਊਰ ਰੱਖਦਾ ਉਹ ਸਮਝੇ ਵੀ ਅਸੀਂ ਨਬੀ ਪਾਕ ਨੂੰ ਖੁਦਾ ਨਾਲ ਮਨਾਉਣੇ ਪਏ, ਅਸੀਂ ਤੇ ਖੁਦਾ ਨੂੰ ਜੁਦਾ ਪੇ ਕਰਨੇ ਆ, ਨਬੀ ਪਾਕ ਨੂੰ ਜੁਦਾ ਪੇ ਕਰਨੇ ਆ। ਉਹ ਮਿਲਾਦ ਮਨਾਉਣ ਦਾ ਮਕਸਦ ਹੀ ਇਹ ਵੇ, ਨਬੀ ਮਖਲੂਕ ਏ ਉਹ ਖਾਲਿਕ ਏ, ਜਿਹੜਾ ਪੈਦਾ ਹੋਵੇ ਉਹ ਨਬੀ ਹੋਵੇ ਤੇ ਭਾਵੇਂ ਆਮ ਇਨਸਾਨ ਹੋਵੇ ਉਹ ਮਖਲੂਕ ਏ। ਨਬੀ ਨੇ ਪੈਦਾ ਹੋ ਕੇ ਦੱਸਿਆ ਉਹ ਅੱਲਾ ਵੇ ਮੈਂ ਮੁਸਤਫਾ ਵਾਂ, ਉਹ ਅੱਲਾ ਵੇ ਮੈਂ ਮੁਹੰਮਦ ਹਾਂ। ਤੇ ਅਸੀਂ ਤੇ ਮਿਲਾਦ ਮਨਾ ਕੇ ਝੰਡੀਆਂ ਲਾ ਕੇ ਜਸ਼ਨ ਮਨਾ ਕੇ ਅਸੀਂ ਤੇ ਇਹ ਹੀ ਐਲਾਨ ਕਰਦੇ ਹਾਂ ਵੀ ਅੱਲਾ ਇੱਕ ਜੇ, ਨਬੀ ਪਾਕ ਪੈਦਾ ਹੋਏ ਜੇ, ਤੇ ਜਿਹੜਾ ਪੈਦਾ ਹੋਵੇ ਉਹ ਰੱਬ ਨਹੀਂ ਬਣ ਸਕਦਾ। ਇੱਕ ਮੈਨੂੰ ਆਖਣ ਲੱਗਾ ਆਹ ਤੁਸੀਂ ਨਬੀ ਪਾਕ ਨੂੰ ਅੱਲਾ ਨਾਲ ਮਿਲਾਉਂਦੇ ਹੋ, ਆ ਸੁਣਿਓ, ਬੜੇ ਬੜੇ ਬਦ ਅਕੀਦਾ ਲੋਕ ਨੇ, ਮਿਲਾਦ ਕੋਲ ਨਫ਼ਰਤ, ਨਬੀ ਪਾਕ ਦੇ ਆਉਣ ਕੋਲ ਨਫ਼ਰਤ। ਬਾਬਾ ਜੀ ਪੁੱਤਰ ਪੈਦਾ ਹੋਵੇ ਤੇ ਲੋਕੀ ਦੋ ਦੋ ਲੱਖ ਰੁਪਈਏ ਦੀ ਰੋਟੀ ਵੰਡ ਛੱਡਦੇ ਨੇ, ਤੇ ਮੌਲਵੀ ਸਾਹਿਬ ਨੂੰ ਪੁੱਛੋ ਨਾ ਜੀ ਕੀ ਹੋਇਆ, ਇਹ ਜੀ ਅੱਲਾ ਨੇ ਮੈਨੂੰ ਦੋ ਤਰ੍ਹਾਂ ਦਿੱਤਾ 20 ਸਾਲਾਂ ਤੋਂ ਬਾਅਦ। ਮੈਂ ਕਿਹਾ ਮੌਲਵੀ ਜੀ ਅੱਲਾ ਤੁਹਾਨੂੰ 20 ਸਾਲਾਂ ਤੋਂ ਬਾਅਦ ਦੋ ਤਰ੍ਹਾਂ ਦਵੇ ਤੇ ਤੁਸੀਂ ਮਠਿਆਈਆਂ ਵੰਡੋ ਤੇ ਦੇਗਾਂ ਵੰਡੋ,
ਤੇ ਜਿਸ ਅੱਲਾ ਨੇ ਕਾਇਨਾਤ ਨੂੰ ਮੁਸਤਫਾ ਵਰਗਾ ਸੋਹਣਾ ਮਹਬੂਬਾ ਤਾਂ ਫਰਮਾ ਛੱਡਿਆ ਜੀ। ਤਵੱਜੋ ਫਰਮਾਇਆ ਜੀ, ਅਸੀਂ ਖੁਸ਼ੀ ਨਾ ਕਰੀਏ, ਅਸੀਂ ਖੁਸ਼ੀ ਨਾ ਕਰੀਏ, ਅਸੀਂ ਝੰਡੀਆਂ ਨਾ ਲਾਈਏ, ਲਾਈਟਾਂ ਨਾ ਲਾਈਏ, ਬਾਬਾ ਜੀ ਸਾਡਾ ਕੀ ਮਕਸਦ ਹੈ? ਕਿਸੇ ਸੁੰਨੀ ਨੂੰ ਪੁੱਛੋ ਬਈ ਆਹ ਤੂੰ ਜਿਹੜੀਆਂ ਲਾਈਟਾਂ ਲਾਈਆਂ ਨੇ ਤੂੰ ਕਿਉਂ ਲਾਈਆਂ ਨੇ, ਇਹ ਜਿਹੜੀਆਂ ਤੂੰ ਝੰਡੀਆਂ ਲਾਈਆਂ ਨੇ ਇਹ ਆਪਣੇ ਅੱਬੇ ਵਾਸਤੇ ਲਾਈਆਂ ਨੇ, ਆਪਣੇ ਭਰਾ ਵਾਸਤੇ ਲਾਈਆਂ ਨੇ, ਆਪਣੀ ਮਸਜਿਦ ਵਾਸਤੇ ਲਾਈਆਂ ਨੇ? ਉਹ ਆਖੇਗਾ ਨਹੀਂ ਭਾਅ ਜੀ, ਨਾ ਮੈਂ ਆਪਣੇ ਬਾਪ ਵਾਸਤੇ ਲਾਈਆਂ ਨੇ, ਨਾ ਆਪਣੇ ਦਾਦੇ ਵਾਸਤੇ ਲਾਈਆਂ ਨੇ, ਨਾ ਮਸਜਿਦ ਵਾਸਤੇ ਲਾਈਆਂ ਨੇ, ਮੈਂ ਲਾਈਆਂ ਨੇ ਹਜ਼ੂਰ ਵਾਸਤੇ। ਕਿਹਦੇ ਵਾਸਤੇ? ਕਿਹਦੇ ਵਾਸਤੇ? ਬਾਬਾ ਜੀ ਮੈਂ ਲਾਈਆਂ ਨੇ ਨਬੀ ਪਾਕ ਵਾਸਤੇ। ਤੇ ਜਿਹੜੀ ਚੀਜ਼ ਦੀ ਨਿਸਬਤ ਨਬੀ ਪਾਕ ਵੱਲ ਹੋ ਜਾਏ, ਜਿਹੜੀ ਚੀਜ਼ ਦੀ ਨਿਸਬਤ ਨਬੀ ਪਾਕ ਵੱਲ ਹੋ ਜਾਏ, ਉਹ ਚੀਜ਼ ਪਾਕ ਹੋ ਜਾਂਦੀ ਹੈ।